ਦੌਲਤ ਖਾਨ ਦੇ ਘਰ ਵਿੱਚ ਪਹੁੰਚੇ ਹਨ ਅਤੇ ਉਸ ਦੇ ਮੁਨਸ਼ੀ ਨੂੰ ਨਾਲ ਲੈ ਕਰਕੇ ਜੋ ਇੱਕ ਸਾਲ ਦਾ ਬਹੁਤ ਲੰਬਾ ਹਿਸਾਬ ਕਿਤਾਬ ਸੀ ਉਹ ਕੀਤਾ ਹੈ। ਮੁਨਸ਼ੀ ਨੇ ਪੂਰੀ ਆਪਣੇ ਤਾਣ ਦੇ ਨਾਲ, ਬਲ ਦੇ ਨਾਲ, ਬੁੱਧੀ ਦੇ ਨਾਲ ਵਾਰ ਵਾਰ ਖੋਜ ਕਰਕੇ ਆਮਦਨੀ ਅਤੇ ਖਰਚੇ ਦਾ ਹਿਸਾਬ ਲਗਾਇਆ ਹੈ। ਜਦੋਂ ਹਿਸਾਬ ਪੂਰਾ ਮੁਕੰਮਲ ਹੋਇਆ ਅਤੇ ਜਗਤ ਕਲੰਦੇ ਦੇ ਤਾਰਨਹਾਰ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 760 ਰੁਪਈਏ ਬਾਕੀ ਨਵਾਬ ਦੌਲਤ ਖਾਨ ਵੱਲ ਬਚੇ ਹਨ। ਐਸਾ ਕੌਤਕ ਲੀਲਾ ਦੇਖ ਕੇ ਬੜਾ ਹੈਰਾਨ ਹੋਇਆ। ਉਹ ਜਿਹੜੇ ਨਿੰਦਕ ਲੋਕ ਜਿਨ੍ਹਾਂ ਨੇ ਚੁਗਲੀ ਕੀਤੀ ਸੀ ਕਿ ਤੁਹਾਡਾ ਧਨ ਦਵਾ ਕਰਕੇ ਤੁਹਾਡੇ ਤੋਂ ਡਰਦੇ ਮਾਰੇ ਤੁਹਾਡੇ ਮੋਦੀ ਜੋ ਨਾਨਕ ਜੀ ਹਨ ਉਹ ਚਲੇ ਗਏ ਬਾਹਰ ਬੈਠ ਕੇ ਜਾ ਕੇ ਸ਼ਮਸ਼ਾਨ ਵਿੱਚ ਸਾਰੇ ਨਿੰਦਕ ਲੱਜਿਤ ਹੋਏ। ਨਵਾਬ ਦੌਲਤ ਖਾਨ ਨੇ ਕਿਹਾ ਕਿ ਜੋ ਤੁਹਾਡਾ ਸ਼ੇਸ਼ ਬਚਿਆ ਪੈਸਾ ਹੈ ਉਹ ਵੀ ਲੈ ਲਓ ਅਤੇ ਮੇਰੇ ਕੋਲ ਹੋਰ ਪੂੰਜੀ ਲੈ ਕਰਕੇ ਤੁਸੀਂ ਪਹਿਲੇ ਦੀ ਤਰ੍ਹਾਂ ਮੋਦੀ ਦੀ ਕਾਰ ਕਰੋ। ਪਰ ਇਸ ਵਾਰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਹੁਣ ਅਸੀਂ ਪੈਸਾ ਨਹੀਂ ਲੈਣਾ ਨਾ ਹੀ ਮੋਦੀ ਦੀ ਕਾਰ ਕਰਨੀ ਹੈ। ਉਹ ਜਿਹੜਾ ਸਾਡਾ ਪੈਸਾ ਹੈ ਉਹ ਤੂੰ ਆਪਣੇ ਕੋਲ ਇਮਾਨਤ ਰੱਖ ਲੈ, ਉਹ ਖੁਦਾ ਦਾ ਪੈਸਾ ਹੈ ਅਤੇ ਉਹ ਖੁਦਾ ਦੇ ਫਕੀਰ ਸੰਤਾਂ ਸਾਧੂਆਂ ਨੂੰ ਦੇ ਦੇਣੀ। ਅਤੇ ਮਹਾਰਾਜ ਜੀ ਇਹਨਾਂ ਬੱਚਿਆਂ ਕਹਿ ਕਰਕੇ ਫਿਰ ਚਲੇ ਗਏ ਨੇ ਉੱਥੇ ਹੀ ਸ਼ਮਸ਼ਾਨ ਵਿੱਚ ਜਿੱਥੇ ਬੈਠੇ ਸਨ, ਕਿਉਂਕਿ ਜੋ ਸੰਸਾਰ ਦੇ ਲੋਕ ਨੇ ਉਹ ਸੱਚੇ ਪਾਤਸ਼ਾਹ ਜੀ ਦੀ ਲੀਲਾ ਕੌਤਕ ਨੂੰ ਨਹੀਂ ਸਮਝ ਪਾਉਂਦੇ। ਫਿਰ ਵੀ ਆਪੋ ਆਪਣੀ ਬੁੱਧੀ ਅਨੁਸਾਰ ਕੋਈ ਕੁਛ ਕਹਿੰਦਾ ਹੈ, ਕੋਈ ਕੁਛ ਕਹਿੰਦਾ ਹੈ, ਪਰੰਤੂ ਇੱਕ ਮਹਾਰਾਜ ਜੀ ਦੇ ਨਾਲ ਸ਼ਰਧਾ ਪ੍ਰੇਮ ਦੇ ਨਾਲ ਵਰਤਣ ਵਾਲੇ ਬੇਬੇ ਨਾਨਕੀ ਜੀ, ਭੈਣ ਜੀ ਜਿਹੜੇ ਹਨ ਉਹਨਾਂ ਦਾ ਅਟਲ ਵਿਸ਼ਵਾਸ ਹੈ। ਬਾਕੀ ਸਾਰੇ ਲੋਕ ਆਪਣਾ ਵਿਸ਼ਵਾਸ ਖੋ ਬੈਠੇ, ਪਰ ਧੰਨ ਗੁਰੂ ਨਾਨਕ ਦੇਵ ਜੀ ਦੇ ਭੈਣ ਜੀ ਬੇਬੇ ਨਾਨਕ ਜੀ ਦਾ ਜਿਹੜਾ ਵਿਸ਼ਵਾਸ ਸ਼ਰਧਾ ਹੈ ਉਸੇ ਤਰ੍ਹਾਂ ਅਟਲ ਬਣੀ ਰਹੀ। ਇਹ ਪ੍ਰਸੰਗ ਆਪਾਂ ਸਰਵਣ ਕੀਤਾ ਸੀ। ਅੱਜ ਅੱਗੇ ਵਾਲਾ ਪ੍ਰਸੰਗ ਆ ਰਿਹਾ ਹੈ ਜਿਸ ਵਿੱਚ ਸਤਿਗੁਰੂ ਜੀ ਦੇ ਸਹੁਰਾ ਮੂਲ ਚੰਦ ਜੀ ਉਹ ਵੀ ਇਸ ਖਬਰ ਨੂੰ ਸੁਣ ਕੇ ਆਏ ਹਨ। ਉਹਨਾਂ ਦੇ ਨਾਲ ਇੱਕ ਸ਼ਿਆਮਾ ਨਾਮ ਦਾ ਜੋ ਪੰਡਿਤ ਹੈ, ਪੁਰੋਹਿਤ ਹੈ, ਉਹ ਆਇਆ ਹੈ। ਔਰ ਜੋ ਵੀ ਪ੍ਰਸੰਗ ਅੱਗੇ ਆ ਰਿਹਾ ਹੈ ਉਸ ਪ੍ਰਸੰਗ ਉਸ ਕਥਾ ਵੱਲ ਆਪਣੇ ਚਿੱਤ ਨੂੰ ਜੋੜੀਏ ਅਤੇ ਧੰਨ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਜਿੰਨਾ ਕੁ ਸਮਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਆਪਣੇ ਸਵਾਸਾਂ ਨੂੰ ਸਫਲ ਕਰੀਏ ਅਤੇ ਇਸ ਪਾਵਨ ਕਥਾ ਦਾ ਬਹੁਤ ਧਿਆਨ ਦੇ ਨਾਲ ਰਸ ਦੇ ਸਹਿਤ ਸ਼ਰਧਾ ਭਾਵਨਾ ਦੇ ਸਹਿਤ ਹੋ ਕਰਕੇ ਆਨੰਦ ਮਾਣੀਏ। ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ ਸ਼੍ਰੀ ਗੁਰ ਪਦ ਕੋ ਪ੍ਰੇਮ ਜੋ। ਕਹਿੰਦੇ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਹੁਣ ਕਥਾ ਦਾ ਜਦੋਂ ਪ੍ਰਸੰਗ ਆਰੰਭ ਕਰਦੇ ਹਨ ਹਰ ਅਧਿਆਇ ਦੇ ਸ਼ੁਰੂ ਵਿੱਚ ਮੰਗਲ ਕਰਦੇ ਹਨ। ਜਦੋਂ ਕੋਈ ਵੀ ਕਾਰਜ ਆਪਾਂ ਆਰੰਭ ਕਰਦੇ ਹਾਂ ਉਸਦੇ ਸ਼ੁਰੂ ਵਿੱਚ ਮੰਗਲ ਕਰਦੇ ਨੇ। ਇਸੇ ਪ੍ਰਕਾਰ ਕਵੀ ਲੋਕ ਜਿਹੜੇ ਕੋਈ ਗ੍ਰੰਥ ਦਾ ਅਧਿਆਇ ਦਾ ਪ੍ਰਸੰਗ ਦਾ ਆਰੰਭ ਕਰਦੇ ਨੇ ਉਸਦੇ ਆਰੰਭ ਵਿੱਚ ਮੰਗਲ ਕਰਦੇ ਹਨ ਉਸ ਅਧਿਆਇ ਦੀ ਨਿਰਵਿਘਨ ਸਮਾਪਤੀ ਵਾਸਤੇ। ਅਤੇ ਕਵੀ ਜੀ ਨੇ ਵੀ ਇਸੇ ਪ੍ਰਕਾਰ ਹਰ ਅਧਿਆਇ ਦੇ ਆਰੰਭ ਵਿੱਚ ਮੰਗਲ ਕੀਤਾ ਹੈ। ਮੰਗਲ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਪ੍ਰੇਮ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਮੰਗਲ ਕਰਦੇ ਨੇ, ਪ੍ਰੇਮ ਦਾ ਮੰਗਲ ਕਰਦੇ ਹਨ। ਸ਼੍ਰੀ ਗੁਰ ਪਗ ਕੇ ਪ੍ਰੇਮ ਜੋ, ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਜੋ ਪ੍ਰੇਮ ਹੈ ਅਥਵਾ ਜੋ ਉਸ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਕਮਲਾਂ ਦੇ ਪ੍ਰੇਮੀ ਗੁਰਮੁਖ ਜਗਿਆਸੂ ਹਨ, ਵਿਵੇਕੀ ਵਾਲੀ ਹੈ, ਅਵਗੁਣ ਪਰ ਹਰ ਗੁਣ ਗ੍ਰਹੀ। ਕਿਉਂਕਿ ਜੋ ਹੰਸ ਹੁੰਦਾ ਹੈ ਉਸਦੀ ਚੁੰਝ ਵਿੱਚ ਕਮਾਲ ਹੈ ਕਿ ਜਦੋਂ ਉਹ ਦੁੱਧ ਵਿੱਚ ਆਪਣੀ ਚੁੰਝ ਪਾਉਂਦਾ ਹੈ
ਅਲੱਗ ਕਰ ਦਿੰਦਾ ਹੈ, ਪਾਣੀ ਅਲੱਗ ਕਰ ਦਿੰਦਾ ਹੈ। ਤੇ ਜੋ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਕਰਨ ਵਾਲੇ ਜੋ ਪ੍ਰੇਮੀ ਗੁਰਮੁਖ ਜਗਿਆਸੂ ਹਨ, ਉਹਨਾਂ ਦਾ ਹਿਰਦਾ ਵੀ ਪਵਿੱਤਰ ਹੈ, ਰਸ ਦੇ ਸਹਿਤ ਹਨ, ਬੁੱਧੀ ਉਹਨਾਂ ਦੀ ਨੀਰਜ ਛੀਰ ਵਿਵੇਕ ਵਾਲੀ ਹੈ, ਭਾਵ ਸੱਤ ਤੇ ਅਸੱਤ ਨੂੰ ਜਾਣਦੇ ਹਨ। ਭਾਈ ਸਾਹਿਬ ਜੀ ਬੇਨਤੀ ਕਰਦੇ ਨੇ ਕਿ ਤੁਸੀਂ ਗੁਣ ਗ੍ਰਾਹੀ ਹੋ ਔਰ ਔਗਣਾਂ ਦਾ ਪ੍ਰਹਾਰ, ਯਾਨੀ ਕਿਸੇ ਮੇਰੇ ਵਰਗੇ ਦੇ ਔਗਣਾਂ ਨੂੰ ਨਹੀਂ ਦੇਖਦੇ, ਤੁਸੀਂ ਗੁਣਾਂ ਦੇ ਹੀ ਗ੍ਰਾਹਕ ਹੋ। ਬਸੋ ਮੋਹਿ ਮਨ ਤਾਰ, ਤੁਸੀਂ ਮੇਰੇ ਔਗਣਾਂ ਦਾ ਨਾ ਖਿਆਲ ਕਰਕੇ ਤੇ ਕਿਰਪਾ ਕਰਕੇ ਬਸੋ ਮੋਹਿ ਮਨ ਤਾਰ, ਮੇਰੇ ਮਨ ਰੂਪੀ ਤਲਾ ਦੇ ਉੱਤੇ ਆ ਕਰਕੇ ਵਾਸ ਕਰੋ, ਕਿਉਂਕਿ ਹੰਸ ਕਿੱਥੇ ਰਹਿੰਦੇ ਨੇ ਮਾਂ ਸਰੋਵਰ ਤੇ, ਤੇ ਮੇਰਾ ਜਿਹੜਾ ਮਨ ਰੂਪੀ ਸਰੋਵਰ ਹੈ ਨਾ, ਉਸਦੇ ਵਿੱਚ ਉਸਦੇ ਉੱਤੇ ਆ ਕਰਕੇ ਨਿਵਾਸ ਕਰੋ। ਜਾਂ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਜੋ ਪ੍ਰੇਮ ਹੈ ਨਾ, ਉਸ ਪ੍ਰੇਮ ਦੇ ਅੱਗੇ ਬੇਨਤੀ ਕਰਦੇ ਨੇ ਕਿ ਤੁਸੀਂ ਮੇਰੇ ਮਨ ਰੂਪੀ ਤਲਾ, ਯਾਨੀ ਮੇਰੇ ਮਨ ਵਿੱਚ ਵੀ ਆ ਕਰਕੇ ਨਿਵਾਸ ਕਰੋ, ਮੇਰੀ ਵੀ ਸ਼ਰਧਾ ਮੇਰਾ ਵੀ ਪ੍ਰੇਮ ਗੁਰੂ ਨਾਨਕ ਚਰਨਾਂ ਵਿੱਚ ਹੋ ਜਾਵੇ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਾਲ ਸਖਾ ਭਾਈ ਬਾਲਾ ਜੀ ਇਸ ਪਾਵਨ ਪਵਿੱਤਰ ਕਥਾ ਦਾ ਉਚਾਰਨ, ਯਾਨੀ ਇਹ ਪਾਵਨ ਕਥਾ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸੁਣਾ ਰਹੇ ਹਨ। ਭਾਵ ਮੋਦੀ ਦੀ ਕਿਰਤ ਤਿਆਗ ਦਿੱਤੀ ਹੈ, ਘਰ ਦਾ ਤਿਆਗ ਕਰਕੇ ਸ਼ਮਸ਼ਾਨ ਵਿੱਚ ਬੈਠ ਗਏ ਨੇ, ਇਹ ਸਾਰਾ ਮੇਰੇ ਪ੍ਰਤੀਕੂਲ ਹੋ ਰਿਹਾ, ਮੇਰੇ ਉਲਟ ਹੋ ਰਿਹਾ, ਭਾਵ ਮੈਨੂੰ ਅਬ ਬਹੁਤ ਕਸ਼ਟ ਸਹਿਣਾ ਪਏਗਾ। ਐਸਾ ਵਿਚਾਰ ਕਰਕੇ ਤੇ ਸੁਲੱਖਣੀ ਮਾਤਾ ਜੀ ਨੇ ਇੱਕ ਦਾਸ ਨੂੰ ਸੇਵਾ, ਜਦੋਂ ਮੂਲ ਚੰਦ ਜੀ ਆਏ ਨੇ ਉਦੋਂ ਤੇ ਇੱਕ ਪ੍ਰੋਧਾ ਯਾਨੀ ਇੱਕ ਪ੍ਰੋਹਤ ਜਿਹੜਾ ਉਹਨਾਂ ਦਾ ਸੀ ਉਹਨੂੰ ਨਾਲ ਲੈ ਕੇ ਆਏ ਨੇ। ਸੁਲਤਾਨ ਕਹਿੰਦੇ ਨੇ ਵੀ ਇੱਕ ਪ੍ਰੋਧਾ ਇੱਕ ਪ੍ਰੋਹਤ ਆਪਣਾ ਨਾਲ ਲੈ ਕੇ ਸੁਲਤਾਨਪੁਰ ਨੂੰ ਆਏ ਨੇ। ਸਹਿਤ ਦੇਹ ਕੀ ਸੁਤਸੋ, ਤੇ ਸਹਿਤ ਸਨੇਹ ਪ੍ਰੇਮ ਦੇ ਸਹਿਤ ਆਪਣੀ ਪੁੱਤਰੀ ਨੂੰ ਨੇਤਰ ਨਾਲ ਹੋ ਗਏ ਗੁੱਸੇ ਨਾਲ ਕ੍ਰੋਧ ਨਾਲ, ਮੁਖ ਤੇ ਬਹੁ ਬੋਲਤ ਦੁਰ
ਹਿੱਸੇ ਵਿੱਚ ਤੇ ਉਸੇ ਵੇਲੇ ਚੱਲ ਪਏ ਹਨ ਗੁਰੂ ਨਾਨਕ ਸਾਹਿਬ ਜੀ ਵੱਲ। ਬੇਦੀ ਕੁਲ ਕੋ ਕਲਸ ਸੁਹਾਵਨ, ਬੇਦੀ ਕੁਲ ਕੋ ਕਲਸ, ਬੇਦੀ ਕੁਲ ਦੇ ਸ਼੍ਰੋਮਣੀ ਸੱਚੇ ਪਾਤਸ਼ਾਹ ਜੀ ਤੇ ਸੁਭਾਇਮਾਨ ਹਨ। ਜੇ ਬੈਸੇ ਦਿਨ ਕੀਰਤ ਪਾਵਨ, ਜਿੱਥੇ ਬੈਠੇ ਹਨ ਸ਼ਮਸ਼ਾਨ ਵਿੱਚ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਕੀਰਤੀ ਜਿਨ੍ਹਾਂ ਦਾ ਜਸ ਪਵਿੱਤਰ ਹੈ। ਤਾਂ ਆਏ ਬੋਲਿਓ ਦੁਰਬਾਨੀ, ਆ ਕਰਕੇ ਮੂਲ ਚੰਦ ਜੀ ਤੇ ਉੱਥੇ ਸੱਚੇ ਪਾਤਸ਼ਾਹ ਜੀ ਨੂੰ ਗੁਰਬਾਣੀ ਕੌੜੇ ਬਚਨ ਬੋਲਣ ਲੱਗੇ ਹਨ। ਤੂੰ ਜਨਮਿਓ ਹਾਲੀ ਕੁਲ ਕਾਨੀ, ਕਹਿਣ ਲੱਗੇ ਕਿ ਤੂੰ ਆਪਣੀ ਕੁਲ ਦਾ ਨਾਸ, ਕੁਲ ਦੀ ਹਾਨੀ, ਕੁਲ ਦਾ ਨੁਕਸਾਨ ਕਰਨ ਵਾਲਾ ਹੀ ਜਨਮਿਆ। ਮਾਤਾ ਪਿਤਾ ਦੀ ਦਾਹਤ ਛਾਤੀ, ਸਦਾ ਹੀ ਆਪਣੇ ਮਾਤਾ ਪਿਤਾ ਦੀ ਛਾਤੀ ਨੂੰ ਸਾੜਿਆ ਹੈ, ਦੁਖੀ ਕੀਤਾ ਹੈ। ਅਲਪ ਬੈਸ ਤੇ ਤੂੰ ਧਨ ਘਾਤੀ, ਉਹ ਆਪਣੀ ਅਲਪ ਬੈਸ ਤੋਂ ਬਾਲ ਅਵਸਥਾ ਤੋਂ ਹੀ ਧਨ ਦਾ ਨੁਕਸਾਨ ਕਰਦਾ ਰਿਹਾ ਹੈ। ਦੁਹਰਾ ਬਿਲਕੁਲ ਪਰਖੇ ਬਿਨ ਵਿਖੇ, ਬਿਨਾਂ ਗੁਣਾਂ ਦੀ ਪਰਖ ਕੀਤੇ ਔਰ ਬਿਨਾਂ ਕੋਈ ਦੇਖੇ, ਸੁਦਾ ਕੀਨ ਸੰਬੰਧ, ਮੈਂ ਆਪਣੀ ਪੁੱਤਰੀ ਦਾ ਸੰਬੰਧ ਜਿਹੜਾ ਹੈ ਰਿਸ਼ਤਾ ਹੈ ਉਹ ਤੇਰੇ ਨਾਲ ਕਰ ਦਿੱਤਾ। ਤਦ ਕੋ ਮੈਂ ਦੁੱਖ ਪਾ ਰਿਹਾ, ਜਦੋਂ ਦਾ ਮੈਂ ਰਿਸ਼ਤਾ ਕੀਤਾ ਹੈ ਉਦੋਂ ਦਾ ਹੀ ਮੈਂ ਦੁੱਖ ਪਾ ਰਿਹਾ ਹਾਂ। ਸੁਖ ਨਾ ਵਿਖਿਓ ਭੇ ਸੰਧ, ਕਹਿੰਦੇ ਇਹ ਰਿਸ਼ਤਾ ਕਰਕੇ ਮੈਂ ਰੰਚਕ ਮਾਤ ਦੀ ਸੁੱਖ ਨਹੀਂ ਪਾਇਆ। ਕਿਉਂਕਿ ਪਿਤਾ ਸਮਾਨ ਜਾਨ ਗੁਰ ਐਨਾ, ਇਹਨੇ ਕੌੜੇ ਬਚਨ ਅਵੱਗਿਆ ਦੇ ਬੋਲੇ ਹਨ, ਪਰ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਮਰਜ਼ਾਦਾ ਪੁਰਸ਼ੋਤਮ ਹਨ, ਉਹਨਾਂ ਨੇ ਸੰਸਾਰ ਦੇ ਲੋਕਾਂ ਨੂੰ ਸਿੱਖਿਆ ਦਿੱਤੀ ਹੈ, ਭਾਵ ਆਪਣੇ ਸਹੁਰਾ ਸਾਹਿਬ ਜਿਹੜੇ ਉਹਨਾਂ ਦੇ ਸਹੁਰਾ ਜੀ ਨੇ ਉਹਨਾਂ ਨੂੰ ਆਪਣੇ ਪਿਤਾ ਸਮਾਨ ਜਾਣ ਕਰਕੇ ਗੁਰ ਐਨਾ ਜਿਹੜੇ ਉਹਨਾਂ ਦੇ ਐਨ ਸੱਚੇ ਪਾਤਸ਼ਾਹ ਉਹਨਾਂ ਨੇ ਆਪਣੇ ਪਿਤਾ ਸਮਾਨ ਜਾਣਿਆ ਹੈ। ਤੂਸ਼ਣ ਰਹੇ ਨਾ ਬੋਲੇ ਬੈਲਾ, ਤੂਸ਼ਣ ਰਹੇ ਜੋ ਕੁਛ ਵੀ ਉਹਨਾਂ ਡਾਂਟਿਆ ਹੈ ਨਾ, ਉਹਨਾਂ ਨੇ ਅੱਗੋਂ ਕੁਛ ਵੀ ਨਹੀਂ ਕਿਹਾ ਨਾ ਬੋਲੇ, ਕੋਈ ਵੀ ਬਚਨ ਉੱਤਰ ਨਹੀਂ ਦਿੱਤਾ। ਬੰਦੁਰ ਬਚਨ ਭਾਖ ਕਰੂਲਾ, ਬਹੁਤ ਕੌੜੇ ਬਚਨ ਗੁੱਸੇ ਨਾਲ ਮੂਲ ਚੰਦ ਨੇ ਕਹਿ ਲਏ। ਗੁਰੇ ਆਵਾ ਜੀ ਮਤ ਪ੍ਰਤਕੂਲਾ, ਹਾਂ ਪੁਰ ਆਵਾ ਤੇ ਇਸ ਤਰ੍ਹਾਂ ਬੋਲ ਕਰਕੇ ਜੇ ਮਤ ਪ੍ਰਤੀਕੂਲਾ, ਜਿਨ੍ਹਾਂ ਦੀ ਮਤੀ ਪ੍ਰਤੀਕੂਲ ਹੈ ਭਾਵ ਉਸ ਲੀਲਾ ਦੇ ਅਨੁਸਾਰ ਨਹੀਂ ਹੈ, ਨਹੀਂ ਸਮਝ ਪਾ ਰਹੇ, ਜਿਹੜੇ ਜਗਤ ਦੇ ਦੇਵ ਸਰੂਪ, ਪ੍ਰਕਾਸ਼ਕ ਸਰੂਪ, ਈਸ਼ਵਰ ਸਰੂਪ ਸੱਚੇ ਪਾਤਸ਼ਾਹ ਉਹਨਾਂ ਦੇ ਭੇਦ ਨੂੰ ਮਹਿਮਾ ਨੂੰ ਨਹੀਂ ਜਾਣਦੇ। ਉਹਨਾਂ ਦੀ ਸਦਾ ਇਹ ਜਿਹੜੀ ਛਾਤੀ ਹੈ ਭਾਵ ਉਹਨਾਂ ਦੇ ਹਿਰਦੇ ਵਿੱਚ ਰਿਸ ਗੁੱਸਾ ਖੋਦ ਰਹਿੰਦਾ ਹੈ, ਛਾਤੀ ਜਲਦੀ ਰਹਿੰਦੀ ਹੈ, ਬਹੁਤ ਜ਼ਿਆਦਾ ਝੂਰਦਾ ਹੈ ਮੂਲ ਚੰਦ, ਬਹੁਤ ਪ੍ਰਕਾਰ ਦੀ ਗਿਣਤੀ ਵਿਚਾਰ ਹਿਰਦੇ ਵਿੱਚ ਗਿਣਦਾ ਵਿਚਾਰਦਾ ਹੈ। ਬਿਨਾਂ ਲਖੇ ਅਤ ਹੋਵੇ ਦੁਸ਼ਮੰਤਾ, ਬਿਨਾਂ ਲਖੇ ਬਿਨਾਂ ਜਾਣੇ ਹੀ ਅਤੀ ਕਰਕੇ ਅਕਸੇ ਕਰਕੇ ਦੁੱਖ ਹੋ ਰਿਹਾ ਹੈ ਉਸਨੂੰ, ਉਸਨੇ ਮਹਿਮਾ ਨੂੰ ਨਹੀਂ ਜਾਣਿਆ ਤਾਂ ਕਰਕੇ ਦੁਖੀ ਹੈ। ਦੁਹਰਾ ਜੇ ਕੀ ਸੰਗਤ ਕਰਦ, ਉਹ ਜਿਹੜਾ ਪ੍ਰੋਹਤ ਹੈ ਨਾ, ਜਿਹੜੇ ਪ੍ਰੋਹਤ ਦੀ ਉਹ ਸੰਗਤ ਕਰਦਾ ਹੈ, ਜਾ ਕਰਕੇ ਤੇ ਉਸ ਪ੍ਰੋਹਤ ਦੇ ਕੋਲ ਜਿਹੜਾ ਪ੍ਰੋਹਤ ਨਾਲ ਆਇਆ ਸੀ ਸ਼ਾਮ, ਉਹਦੇ ਕੋਲ ਬੈਠ ਗਿਆ ਹੈ। ਮਨ ਕੀ ਦੁੱਖ ਵਰਣਨ ਕਰੇ, ਤੇ ਆਪਣੇ ਮਨ ਦਾ ਜਿਹੜਾ ਦੁੱਖ ਹੈ ਉਸ ਪੰਡਤ ਦੇ ਅੱਗੇ ਕਿਹਾ ਹੈ। ਰੋਤ ਭਇਓ ਦੁੱਖ ਪਾਏ, ਉਸ ਨੂੰ ਸੁਣਾ ਕਰਕੇ ਦੁੱਖ ਉੱਚੀ ਉੱਚੀ ਰੁਦਨ ਕਰਦੇ ਲਗਾ। ਸੋਠਾ ਇੱਕ ਦਿਵਸ ਸੁਖ ਨਾ ਦੇ, ਹੁਣ ਪੰਡਤ ਨੂੰ ਦੱਸਦੇ ਨੇ ਮੂਲ ਚੰਦ ਜੀ ਕਿ ਜਿੱਦਣ ਦਾ ਮੈਂ ਰਿਸ਼ਤਾ ਕੀਤਾ ਹੈ ਨਾ ਲੜਕੀ ਦਾ, ਇੱਕ ਜਨਮ ਵੀ ਮੈਂ ਸੁੱਖ ਨਹੀਂ ਪ੍ਰਾਪਤ ਕੀਤਾ। ਜਦ ਕੀ ਸੁਤਾ ਵਿਵਾਹ ਦੀ, ਜਦੋਂ ਦੀ ਮੈਂ ਆਪਣੀ ਪੁੱਤਰੀ ਦਾ ਵਿਆਹ ਕੀਤਾ ਹੈ। ਵੈਸੇ ਗੁਰ ਮਾਏ, ਹੁਣ ਕਹਿੰਦੇ ਦੇਖੋ ਜਾ ਕਰਕੇ ਭਾਵ ਜਿਹੜੇ ਆਪਣੇ ਗੁਰੂ ਨਾਨਕ ਸਾਹਿਬ ਜੀ ਵੱਲ ਇਸ਼ਾਰਾ ਕਰਦੇ ਨੇ ਕਿ ਹੁਣ ਦੇਖੋ ਜਾ ਕਰਕੇ ਹੋਰਨ ਸ਼ਮਸ਼ਾਨ ਵਿੱਚ ਬੈਠ ਗਏ ਹਨ। ਤਰ ਤਰਨੀ ਘਰਦਾਰ ਸਭ, ਘਰ ਬਾਰ ਤੇ ਘਰ ਦੀ ਤ੍ਰਿਪਤ ਤੇ ਆਪਣੀ ਤਰਨੀ ਭਾਵ ਸਵਪਤਨੀ ਸਾਰਿਆਂ ਨੂੰ ਛੱਡ ਕੇ ਤੇ ਉੱਥੇ ਬੈਠ ਗਏ। ਸੁਣ ਕਰ ਆਤੁਰ ਬਚਨ ਤੇ, ਸੁਣ ਕਰ ਆਤੁਰ ਬਚਨ ਤੇ, ਸੁਣ ਕਰਕੇ ਉਹਦੇ ਜਿਹੜੇ ਦੁਖੀ ਬਚਨ ਹਨ। ਦਿਲ ਭਰ ਕੀਓ ਪਿਆਰ, ਜਿਹੜਾ ਦਿਲ ਭਰ ਹੈ ਨਾ, ਜੋ ਪੰਡਤ ਹੈ ਪ੍ਰੋਹਤ ਹੈ ਉਹ ਫਿਰ ਚੜਿਆ ਹੈ ਨਾਲ ਗੁਰੂ ਨਾਨਕ ਸਾਹਿਬ ਜੀ ਵੱਲ।
ਸਰੂਪ ਸੇ ਸਮਝਾਏ ਹੈ। ਕਹਿੰਦਾ ਕਿ ਚਲੋ ਤੁਸੀਂ ਮੇਰੇ ਨਾਲ, ਆਪਾਂ ਜਾ ਕਰਕੇ ਉਹਨਾਂ ਨੂੰ ਸਮਝਾਉਂਦੇ ਹਾਂ। ਬਸ ਬਿਦਰ ਕਰਤ ਮਖਾਨ, ਇਸ ਪ੍ਰਕਾਰ ਉਸਨੇ ਮੂੰਹੋਂ ਬਚਨ ਕਹੇ। ਕਬਿਤ ਬਿਜ ਕੋਲ ਮੰਡਨ ਸਕਲ ਦੁੱਖ ਖੰਡਨ, ਬੇਦੀ ਕੋਲ ਮੰਡਨ, ਜਿਹੜੇ ਕਹਿੰਦੇ ਬੇਦੀਆਂ ਦੀ ਕੁਲ ਦੇ ਭੂਸ਼ਣ ਸਰੂਪ ਹਨ, ਸਾਰੇ ਦੁੱਖਾਂ ਦਾ ਖੰਡਨ ਕਰਨ ਵਾਲੇ। ਪਖੰਡਨ ਕੁਡੰਡਨ ਸਰੂਪ ਜਿਹ ਧਾਰੀਆ, ਪਖੰਡ ਦਾ ਦੰਡ, ਪਖੰਡੀਆਂ ਨੂੰ ਦੰਡ ਦੇਣ ਵਾਲੇ ਸਰੂਪ ਜਿਹੇ, ਜਿਹਨਾਂ ਨੇ ਇਹ ਸਰੂਪ ਇਸ ਕਰਕੇ ਧਾਰਨ ਕੀਤਾ ਹੈ। ਮੂੜਾ ਦੀ ਪੰਡਿਤ ਜਾਂ ਹੈ ਮੈਂ ਪੰਡਿਤ, ਕਹਿੰਦੇ ਨੇ ਮੂੜੇ ਨੇ, ਮੂੜ ਚੰਦ ਜੀ ਨੇ ਉਸ ਪੰਡਿਤ ਨੂੰ ਨਾਲ ਲਿਆ ਹੈ, ਤੇ ਜਿੱਥੇ ਇਸ ਮਹੀ ਮੰਡਲ, ਇਸ ਪ੍ਰਿਥਵੀ, ਇਸ ਲੋਕਾਈ, ਇਸ ਸੰਸਾਰ ਦੀ ਰਚਨਾ ਕਰਨ ਵਾਲੇ ਨਿਕਟ ਬੈਠ ਤੁੰਡ ਤੇਜ ਬਚਨ ਉਚਾਰਿਆ, ਉਹਦੇ ਕੋਲ ਜਾ ਕੇ ਜਦੋਂ ਬੈਠੇ ਹਨ ਤੇ ਆਪਣੇ ਮੁਖ ਤੋਂ ਫਿਰ ਕਹਿਣ ਲੱਗੇ, ਬਾਲ ਬੁੱਧ ਲੀਨ ਕਰ ਬਦ ਸਭ ਕੀਨ ਤੁਮ। ਫਿਰ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ ਕਿ ਤੁਸੀਂ ਬਾਲ ਬੁੱਧੀ ਨੂੰ ਧਾਰਨ ਕੀਤਾ ਹੈ, ਸਾਰੀਆਂ ਗੱਲਾਂ ਅਜੇ ਤੱਕ ਕੱਚੀਆਂ ਬਾਲਕਾਂ ਵਾਲੀਆਂ ਕੀਤੀਆਂ ਹਨ। ਤੁਮ ਮੋਦੀ ਕ੍ਰਿਤ ਸ਼ੋਰ ਦੀਨ ਨੀਕੇ ਨਾਮ ਉਚਾਰਿਆ, ਤੁਸੀਂ ਬਾਲਕ ਕਰਕੇ ਹੀ ਮੋਦੀ ਦੀ ਜਿਹੜੀ ਕਿਰਤ ਹੈ ਛੋੜ ਦਿੱਤੀ ਹੈ, ਛੱਡ ਦਿੱਤੀ ਹੈ, ਤੇ ਆਪਣੇ ਮਨ ਵਿੱਚ ਵਿਚਾਰ ਨਹੀਂ ਕੀਤਾ। ਆਪਣੇ ਮਾਤਾ ਪਿਤਾ ਦੀ, ਆਪਣੇ ਕੁਲ ਦੀ ਵੀ ਜਿਹੜੀ ਲਾਜ ਸ਼ਰਮ ਛੱਡ ਦਿੱਤੀ ਹੈ, ਤੇ ਆਪਣੇ ਸਰੀਰ ਤੇ ਇਹੋ ਜਿਹਾ ਫਕੀਰਾਂ ਵਾਲਾ ਭੇਸ ਬਣਾ ਲਿਆ। ਦੁਸ਼ਟ ਮਸਾਨ ਥਾਨ ਭਈ ਹਿਤਕਾਰੀਆ, ਜਿਹੜਾ ਦੁਸ਼ਟ ਮਸਾਨ ਭਾਵ ਜਿਹੜਾ ਭ੍ਰਿਸ਼ਟ ਸਥਾਨ ਹੈ, ਅਪਵਿੱਤਰ ਸਥਾਨ ਹੈ, ਮਸਾਨ ਸ਼ਮਸ਼ਾਨ, ਇਹਦੇ ਨਾਲ ਪ੍ਰੇਮ ਕੀਤਾ ਹੈ। ਸੁਣ ਪੰਡਿਤ ਕੇ ਬੈਨ ਏਵ, ਇਸ ਪ੍ਰਕਾਰ ਉਹ ਜੋ ਪ੍ਰਵਚ ਹੈ ਨਾ, ਉਸਦੇ ਜਦੋਂ ਬੈਨ, ਉਸਦੇ ਬਚਨ ਸੁਣੇ ਹਨ ਸੱਚੇ ਪਾਤਸ਼ਾਹ ਜੀ ਨੇ। ਸ੍ਰੀ ਨਾਨਕ ਜਗ ਕੰਤ, ਹਾਂ ਜਗਤ ਦੇ ਕੰਤ ਸਵਾਮੀ ਧੰਨ ਗੁਰੂ ਨਾਨਕ ਸਾਹਿਬ ਜੀ, ਉਤਰੇ ਉਹ ਸ਼ਬਦ ਬਸੰਤ ਮੈਂ, ਕਹਿੰਦੇ ਨੇ ਫਿਰ ਸੱਚੇ ਪਾਤਸ਼ਾਹ ਜੀ ਨੇ ਬਸੰਤ ਰਾਗ ਦੇ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਹੈ ਉਸ ਪੰਡਿਤ ਨੂੰ ਉਪਦੇਸ਼ ਦੇਣ ਵਾਸਤੇ। ਬਸੰਤ, ਕਿਉਂਕਿ ਉਸ ਸਮੇਂ ਬਸੰਤ ਰਿਤੂ ਚੱਲ ਰਹੀ ਸੀ, ਤੇ ਸੱਚੇ ਪਾਤਸ਼ਾਹ ਜੀ ਨੇ ਬਸੰਤ ਰਾਗ ਵਿੱਚ ਹੀ ਉਸ ਪੰਡਿਤ ਨੂੰ ਸਨਮੁਖ ਕਰਕੇ ਤੇ ਸਾਡੇ ਜਗਤ ਜਲੰਦੇ ਦੇ ਜੀਵਾਂ ਦਾ ਉਦਾਰ ਕਰਦੇ ਹੋਏ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਬਸੰਤ ਵਿਨੋਦ ਮਹਲਾ ਪਹਿਲਾ, ਰਾਜਾ ਬਾਲਕ ਨਗਰੀ ਕਾਜੀ, ਧੰਨ ਗੁਰੂ ਨਾਨਕ ਸਾਹਿਬ। ਬਸੰਤ ਹੰਡੋਗ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਉਸ ਪੰਡਿਤ ਨੂੰ ਮੁਖਾਤਮ ਕਰਕੇ ਕਹਿੰਦੇ ਨੇ, ਇਹ ਪੰਡਿਤ ਜੀ ਅਸਲੀ ਇਸ ਸ਼ਬਦ ਦਾ ਕੇਂਦਰੀ ਭਾਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਹੈ, ਕਿਨ ਵਿਦ ਭਾਵ ਪ੍ਰਾਣਪਤੀ ਸਵਾਮੀ ਪੰਡਤਾ ਤੁਮ ਦੇਹਮਤੀ, ਕਿਨ ਵਿਦ ਭਾਵ ਪ੍ਰਾਣਪਤੀ, ਇੱਥੋਂ ਆਰੰਭ ਕਰਦੇ ਨੇ। ਇਹ ਕੇਂਦਰੀ ਭਾਵ ਹੈ ਤੇ ਪੰਡਿਤ ਜੀ ਨੂੰ ਕਹਿੰਦੇ ਨੇ ਸੱਚੇ ਪਾਤਸ਼ਾਹ ਕਿ ਹੇ ਸਵਾਮੀ, ਹੇ ਪੰਡਿਤ ਜੀ, ਤੁਸੀਂ ਐਸੀ ਸ਼ਿਕਸ਼ਾ ਸਾਨੂੰ ਦਿਓ, ਤੁਸੀਂ ਆ ਜਿਹੜੀਆਂ ਗੱਲਾਂ ਕਰਦੇ ਹੋ ਨਾ, ਇਹਨਾਂ ਨਾਲ ਪ੍ਰਭੂ ਪਿਤਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਕਿਨ ਵਿਦ ਭਾਵ, ਕਿਸ ਕਰਕੇ ਮੈਂ ਜੋ ਪ੍ਰਾਣਾਂ ਦੇ ਪਤੀ ਹਨ, ਮੇਰੇ ਪ੍ਰਾਣਾਂ ਦੇ ਪਿਆਰੇ ਭਾਵ ਮੇਰੇ ਪ੍ਰੀਤਮ ਪ੍ਰਭੂ ਹੈ, ਉਸਨੂੰ ਮੈਂ ਕਿਵੇਂ ਪਾਵਾਂ? ਇੱਥੋਂ ਕਰਦੇ ਨੇ ਤੇ ਹੁਣ ਦੱਸਦੇ ਨੇ ਸੱਚੇ ਪਾਤਸ਼ਾਹ, ਰਾਜਾ ਬਾਲਕ ਨਗਰੀ ਕਾਚੀ, ਇਹ ਜੋ ਕੱਚੀ ਭਾਵ ਮਿੱਥਿਆ ਜੋ ਨਗਰੀ ਹੈ ਨਾ, ਸਰੀਰ ਰੂਪ ਨਗਰੀ, ਇਸ ਦੇ ਉੱਤੇ ਜੋ ਰਾਜ ਕਰਨ ਵਾਲਾ, ਇਸਦਾ ਕੰਟਰੋਲਰ ਕੌਣ ਹੈ? ਮਨ ਰੂਪੀ ਰਾਜਾ। ਉਹ ਰਾਜਾ ਕਿਹੋ ਜਿਹਾ ਹੈ? ਕਹਿੰਦੇ ਉਹ ਬਾਲਕ ਹੈ, ਅਣਜਾਣ ਹੈ, ਉਸਦੇ ਵਿੱਚ ਕਈ ਪ੍ਰਕਾਰ ਦੇ ਸੰਕਲਪ ਵਿਕਲਪ ਹਨ। ਉਹ ਆਪ ਕਿਹੋ ਜਿਹਾ ਹੈ? ਤੁੱਛ ਹੈ, ਕਿਉਂਕਿ ਮਨ ਅਗਿਆਨ ਦਾ ਕਾਰਜ ਹੈ, ਤੁੱਛ ਹੈ, ਪਰਿਛਿੰਨ ਹੈ। ਤੇ ਕਹਿੰਦੇ ਉਹ ਇਸ ਕਾਚੀ ਨਗਰੀ ਦੇ ਉੱਤੇ ਰਾਜ ਕਰਨ ਵਾਲਾ ਹੈ, ਕਿਉਂਕਿ ਨਗਰੀ ਇਹ ਸਰੀਰ ਕੱਚਾ ਮਿੱਥਿਆ ਹੈ, ਪਰ ਇਸ ਮਿੱਥਿਆ ਸਰੀਰ ਦਾ ਜਿਹੜਾ ਕੰਟਰੋਲ ਕਰਨ ਵਾਲਾ ਰਾਜਾ ਹੈ, ਉਹ ਵੀ ਕਿਹੋ ਜਿਹਾ ਹੈ? ਅਣਜਾਣ ਹੈ। ਉਹ ਇਹਦੇ ਸਰੀਰ ਰੂਪੀ ਨਗਰੀ ਦੇ ਵਿੱਚ ਜਿਹੜੇ ਵਿਕਾਰ ਹਨ ਨਾ, ਵਿਕਾਰ ਰੂਪੀ ਦੁਸ਼ਮਣ, ਉਹਨਾਂ ਦਾ ਟਾਕਰਾ ਕਰਨ ਵਾਸਤੇ ਮਜਬੂਰ ਨਹੀਂ, ਮਜ਼ਬੂਤ ਨਹੀਂ ਹੈ। ਦੁਸ਼ਟਾ ਨਾਲ ਪਿਆਰੋ, ਉਸ ਰਾਜੇ ਦਾ ਮਨ
ਸਰੀਰ ਰੂਪੀ ਨਦੀ ਦੇ ਵਿੱਚ ਰਹਿਣ ਵਾਲੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਹਨ, ਅਥਵਾ ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹਨਾਂ ਦੇ ਨਾਲ ਪਿਆਰ ਹੈ, ਅਥਵਾ ਦੇਹ, ਇੰਦਰੀਏ, ਮਨ, ਪ੍ਰਾਣ ਆਦਿ ਜਿਹੜੇ ਇਹਨਾਂ ਨਾਲ ਉਸਦਾ ਪਿਆਰ ਹੈ। ਦੁਰਬਾਈ ਦੁਰ ਬਾਬਾ ਪੜੀ ਹੈ ਤੇ ਉਸ ਮਨ ਰੂਪੀ ਰਾਜੇ ਦੇ ਦੋਏ ਮਾਈ ਦੋਏ ਬਾਬਾ ਪੜੀ ਹੈ। ਪੜੀਏ ਭਾਵ ਕਈ 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 ਦੇ ਹਨ, ਦਸੀ ਦੇ ਹਨ, ਕਥਨ ਕੀਤੇ ਜਾਂਦੇ ਹਨ। ਦੋਏ ਮਾਈ ਦੋ ਉਸਦੀ ਕਹਿੰਦੇ ਮਾਵਾਂ ਤੇ ਦੋ ਪਿਤਾ। ਦੋ ਮਾਵਾਂ ਕਿਹੜੀਆਂ ਕਿਹੜੀਆਂ? ਅਵਿਦਿਆ ਤੇ ਮਾਇਆ, ਮਾਇਆ ਤੇ ਅਵਿਦਿਆ ਰੂਪੀ ਦੋ ਮਾਵਾਂ ਤੇ ਦੋਏ ਬਾਪਾ। ਦੋ ਉਸਦੇ ਬਾਪ ਕੌਣ? ਪਰਮਾਤਮਾ ਤੇ ਜੀਵ, ਇਹ ਉਸਦੇ ਦੋ ਬਾਪ ਕਹੀਦੇ ਹਨ। ਪੰਡਿਤ ਕਰੋ ਵਿਚਾਰ, ਹੇ ਪੰਡਿਤ ਜੀ ਤੁਸੀਂ ਇਹਨਾਂ ਦਾ ਵਿਚਾਰ ਕਰੋ ਕਿ ਇਹ ਜਿਹੜਾ ਬਾਲਕ ਹੈ ਇਹ ਇਹਨਾਂ ਜਿਹੜੇ ਦੋ ਇਸਦੀਆਂ ਮਾਵਾਂ ਤੇ ਦੋ ਇਸਦੇ ਬਾਪ ਹਨ, ਇਹ ਇਹਨਾਂ ਬਾਰੇ ਜਾਣਦਾ ਹੈ ਕਿ ਨਹੀਂ ਜਾਣਦਾ ਹੈ? ਸਵਾਮੀ ਪੰਡਿਤਾ ਤੂੰ ਦੇਹੋਪਤੀ, ਹੇ ਸਵਾਮੀ, ਹੇ ਪੰਡਿਤ ਜੀ ਮਹਾਰਾਜ, ਤੁਮ ਦੇਹੋਪਤੀ, ਤੁਸੀਂ ਮਤੀ ਭਾਵ ਸਿੱਖਿਆ ਇਹੋ ਜੀ ਦਿਓ। ਕਿਨ ਵਿਧ ਪਾਵੋ ਪ੍ਰਾਣਪਤੀ, ਕਿਨ ਵਿਧ ਕਿਸ ਵਿਧੀ ਨਾਲ ਪਾਵੋ ਪ੍ਰਾਣਪਤੀ? ਜਾਂ ਕਹਿੰਦੇ ਹੇ ਪੰਡਿਤ ਜੀ ਅਸੀਂ ਤੁਹਾਨੂੰ ਤੁਮ ਕਿਤੇ ਤੁਹਾਨੂੰ ਦੇਹੋ ਮਤੀ, ਅਸੀਂ ਤੁਹਾਨੂੰ ਇਹ ਮਤੀ ਦਿੰਦੇ ਹਾਂ, ਇਹ ਸਿੱਖਿਆ ਦਿੰਦੇ ਹਨ, ਕਿਨ ਵਿਧ ਪਾਵੋ? ਹੇ ਪੰਡਿਤ ਜੀ ਅਸੀਂ ਇਹ ਸਿੱਖਿਆ ਤੁਹਾਨੂੰ ਦਿੰਦੇ ਹਾਂ ਕਿ ਕਿਨ ਵਿਧ ਪਾਵੋ, ਤੁਸੀਂ ਕਿਸ ਵਿਧੀ ਨਾਲ ਪਾ ਸਕਦੇ ਹੋ ਪ੍ਰਾਣਪਤੀ? ਪ੍ਰਾਣਾਂ ਦੇ ਪਤੀ, ਪ੍ਰਾਣਾਂ ਦੇ ਮਾਲਕ ਕੌਣ ਹੈ? ਪ੍ਰਾਣਾਂ ਦਾ ਪਤੀ ਭਾਵ ਜਿਹੜਾ ਪ੍ਰਾਣ ਸਰੀਰ ਇੰਦਰੀਆਂ ਦਾ ਪ੍ਰਕਾਸ਼ਕ ਹੈ, ਕੌਣ? ਆਪਣਾ ਨਿਜ ਸਰੂਪ ਰੂਪ ਪਰਮਾਤਮਾ, ਉਸਨੂੰ ਕਿਵੇਂ ਪਾ ਸਕਦੇ ਹੋ? ਵਿਸ਼ਰਾਮ ਦੇ ਕਰਕੇ ਕਿਰਪਾ ਕਰਦੇ ਹਨ। ਹਾਂ, ਹੁਣ ਅੱਗੇ ਸੱਚੇ ਪਾਤਸ਼ਾਹ ਨੇ ਇੱਕ ਪਦ ਉਚਾਰਨ ਕੀਤਾ ਹੈ ਪੰਡਿਤ ਜੀ ਦੇ ਪ੍ਰਤੀ। ਭਾਈ ਸਾਹਿਬ ਜੀ ਕਹਿੰਦੇ ਨੇ ਉਸੇ ਹੀ ਪਦ ਦੀ ਟੀਕਾ ਕਰਦੇ ਨੇ, ਮਨ ਰਾਜਾ ਬਾਲਕ ਸਮਝੋ। ਹੇ ਪੰਡਿਤ ਜੀ, ਇਹ ਜੋ ਮਨ ਰੂਪੀ ਰਾਜਾ ਹੈ ਇਹ ਬਾਲਕ ਦੇ ਸਮਾਨ ਅਣਜਾਣ ਹੈ। ਚੰਚਲ ਹੈ, ਇਸਦਾ ਸਰੂਪ ਕੀ ਹੈ? ਚੰਚਲ ਭਾਵ ਸੰਕਲਪ ਵਿਕਲਪ ਰੂਪ ਹੈ ਮਨ, ਸੰਕਲਪੋ ਵਿਕਲਪੋ ਹੀ ਮਨ, ਇਸਦਾ ਸਰੂਪ ਕੀ ਹੈ? ਸੰਕਲਪ ਔਰ ਵਿਕਲਪ ਰੂਪ ਹੈ। ਨੀਤ ਨਾ ਸਿੱਖਾ ਰੂਪ ਗਿਆਨਾ, ਨੀਤ ਨਾ ਸਿੱਖਾ ਰੂਪ ਗਿਆਨਾ, ਕਹਿੰਦੇ ਨੇ ਗਿਆਨ ਸਰੂਪ ਨੂੰ ਜਾਣਨ ਦੀ ਜਿਹੜੀ ਸਿੱਖਿਆ ਹੈ ਨਾ, ਨਾ ਸਿੱਖੋ ਉਹ ਨਹੀਂ ਸਿੱਖਦਾ। ਖੇਲ ਵਿੱਚ ਸੁਖ ਵਿਸ਼ੇ ਮਹਾਨਾ, ਕਿਹੜੇ ਖੇਲ ਵਿੱਚ ਰਚਿਆ ਹੋਇਆ ਹੈ ਜੋ ਵਿਸ਼ੇ ਰੂਪੀ ਸੁੱਖ ਹੈ ਉਸ ਵਿੱਚ, ਉਸ ਖੇਲ ਵਿੱਚ ਖੇਲਦਾ ਹੈ? ਕਾਚੀ ਨਗਰੀ ਮਹਿਲ ਬਸਾ, ਇਸ ਮਨ ਰੂਪੀ ਬਾਲਕ ਦਾ ਰਾਜੇ ਦਾ ਨਿਵਾਸ ਕਿੱਥੇ ਹੈ? ਕਾਚੀ ਨਗਰੀ, ਇਹ ਸਰੀਰ ਰੂਪੀ ਜੋ ਕੱਚੀ ਨਗਰੀ ਹੈ ਇਸ ਵਿੱਚ ਇਸ ਦਾ ਵਾਸ ਹੈ। ਹੋਏ ਵਿਨਾਸ਼ਾ, ਇਹੋ ਜਿਹੀ ਨਗਰੀ ਕੱਚੀ ਕਿਉਂ ਹੈ? ਕਿਉਂਕਿ ਮਿੱਥਿਆ ਹੈ। ਆਜ ਕਾਲ ਜਿਹ ਹੋਏ, ਜਿਸ ਦਾ ਅੱਜ ਵੀ ਅਥਵਾ ਕੱਲ ਹੀ ਭਾਵ, ਇਹ ਵਿਨਾਸ਼ਸ਼ੀਲ ਹੈ, ਕਦੋਂ ਵੀ ਇਸ ਦਾ ਵਿਨਾਸ਼ ਹੋ ਸਕਦਾ ਹੈ। ਪਰ ਇਹ ਇਸ ਕੱਚੀ ਨਗਰੀ ਨੂੰ, ਮਿੱਥਿਆ ਸਰੀਰ ਨੂੰ ਨਿਤ ਥਿਰ ਜਾਣਦਾ, ਹਰ ਰੋਜ਼ ਸਥਿਰ ਜਾਣਦਾ ਹੈ। ਕੀਨ ਸੁਨੇਹਾ, ਸਥਿਰ ਜਾਣ ਕਰਕੇ ਇਸ ਦੇ ਨਾਲ ਸਨੇਹ ਕਰਦਾ, ਪ੍ਰੇਮ ਕਰਦਾ ਹੈ। ਕਾਰਡ ਬਿਗਾੜਦੇ ਹਨ। ਦੂਰਾ ਕੰਮ
ਹੋਰਿਆ ਖਰਾਬ ਹੋਰਿਆ ਭਟਕ ਰਿਹਾ ਹੈ। ਚੌਪਈ ਲੂਟੇ ਮਿਲ ਕਰ ਇਸ ਦੀ ਨਗਰੀ, ਇਸ ਮਨ ਰੂਪੀ ਰਾਜੇ ਦੀ ਜਿਹੜੀ ਸਰੀਰ ਰੂਪੀ ਨਗਰੀ ਹੈ ਨਾ, ਉਸ ਨੂੰ ਮਿਲ ਕਰਕੇ ਪੰਜੇ ਹੀ ਲੁੱਟਦੇ ਹਨ, ਖਰਾਬ ਕਰਦੇ ਹਨ। ਨੀਤ ਉਜਾਲਹ ਈਸ਼ ਉਜਗਰੀ, ਹਾਂ ਤੇ ਨਿਤਾ ਪ੍ਰਤੀ ਇਹ ਈਸ਼ ਉਜਗਰੀ ਪ੍ਰਗਟ ਹੈ ਕਿ ਇਸ ਈਸ਼ ਭਾਵ ਇਸ ਮਨ ਨੂੰ ਵਿਗਾੜਦੇ ਹਨ, ਦੁਖੀ ਕਰਦੇ, ਲੁੱਟਦੇ ਹਨ, ਇਸਦੇ ਸ਼ੁਭ ਗੁਣ ਇਸਦੇ ਸ਼ੁਭ ਸੰਕਲਪ ਖੋ ਲੈਂਦੇ ਹਨ। ਡਿਗਰਿਓ ਆਪ ਨੂੰ ਜਾਣਿਓ ਨਾਹੀ, ਪਰ ਇਹ ਆਪਣਾ ਵਿਗੜਿਆ ਕਾਜ ਨਹੀਂ ਜਾਣਦਾ, ਇਸ ਨੂੰ ਸਮਝ ਨਹੀਂ ਹੈ। ਮਿਲਿਓ ਰਹੇ ਪੁਰ ਪੁਰ ਤੇਰੇ ਬਾਣੀ, ਇਹ ਵੀ ਬਾਰ ਬਾਰ ਉਹਨਾਂ ਦੇ ਵਿੱਚ ਵਿਕਾਰਾਂ ਦੇ ਨਾਲ ਹੀ ਮਿਲਿਆ ਰਹਿੰਦਾ ਹੈ। ਮਾਤ ਅਵਿਦਿਆ ਦੂਜੀ ਮਾਇਆ, ਇਸ ਦੀਆਂ ਦੋ ਮਾਵਾਂ ਹਨ, ਅਵਿਦਿਆ ਅਤੇ ਦੂਜੀ ਮਾਇਆ। ਪਹਿਲੀ ਦੋ ਇਸ ਦੀਆਂ ਮਾਵਾਂ ਹਨ, ਅਵਿਦਿਆ ਜੋ ਮਰਨ ਸੱਤੋ ਗੁਣ ਸਹਿਤ ਹੈ, ਤੇ ਮਾਇਆ ਜੋ ਸ਼ੁੱਧ ਸੱਤੋ ਗੁਣ ਦੇ ਸਹਿਤ ਹੈ। ਅਵਿਦਿਆ ਜੋ ਜੀਵ ਦੀ ਉਪਾਧੀ ਹੈ, ਤੇ ਮਾਇਆ ਜੋ ਈਸ਼ਵਰ ਦੀ ਉਪਾਧੀ ਹੈ। ਈਸ਼ ਜੀਵ ਦੇ ਪਿਤ ਜਿਨ ਜਾਇਆ, ਉਹ ਇਸਦੇ ਪਿਤਾ ਹਨ, ਈਸ਼ ਤੇ ਜੀਵ ਭਾਵ ਈਸ਼ ਪਰਮਾਤਮਾ ਜੀਵਾਤਮਾ ਦੋ ਇਸਦੇ ਅੰਦਰ ਭਾਵ ਦੋਨਾਂ ਦਾ ਵਾਸ ਅੰਤਕਰਨ ਵਿੱਚ ਦੋਨੋਂ ਹਨ, ਨਾਲ ਹੀ ਅੰਤਕਰਨ ਵਿਸ਼ਿਸ਼ਟ ਜੀਵ ਤੇ ਨਾਲ ਹੀ ਜੋ ਪਰਮਾਤਮਾ ਹੈ ਉਹ ਵੀ ਸਾਥ ਦੋਨੇ ਇਕੱਠੇ ਹੀ, ਉਹ ਹੀ ਇਸਦੇ ਦੋ ਪਿਤਾ ਹਨ। ਦ੍ਰੈ ਕੋ ਜਨਿਓ ਕੁਟਿਲਤਾ ਕਾਰਨ, ਹਾਂ ਕੁਟਿਲਤਾ ਦਾ ਕਾਰਨ ਇਸਦਾ ਇਹ ਹੈ, ਦ੍ਰੈ ਕੋ ਜਨਿਓ, ਕਿ ਇਹ ਇਹਨਾਂ ਦੋਨਾਂ ਤੋਂ ਪੈਦਾ ਹੋਇਆ ਭਾਵ ਦੋਨਾਂ ਦੇ ਵਿੱਚ ਭਟਕਦਾ ਹੈ, ਅਵਿਦਿਆ ਤੇ ਮਾਇਆ ਦੋਨਾਂ ਦੇ ਅਧੀਨ ਹੈ, ਜੀਵ ਅਵਿਦਿਆ ਦੇ ਅਧੀਨ ਹੈ, ਇਸ ਕਰਕੇ ਅਥਵਾ ਦ੍ਰੈ ਕੋ ਜਨਿਓ, ਇਹ ਦ੍ਰੈ ਕੋ ਅਗਿਆਨ ਤੋਂ ਪੈਦਾ ਹੋਇਆ, ਇਸ ਕਰਕੇ ਇਸ ਦੀ ਕੁਟਿਲਤਾ ਦਾ ਕਾਰਨ ਕੀ ਹੈ, ਅਗਿਆਨ ਕਿਆ ਕਾਰਜ ਹੈ, ਅਗਿਆਨ ਤੋਂ ਪੈਦਾ ਹੋਇਆ ਹੈ। ਇਸ ਦੀ ਕਿਹ ਵਿਦ ਜਾਂ ਕੋਈ ਸਵਾਰਨ, ਇਸ ਦਾ ਮਨ ਦਾ ਸਵਾਰਨਾ, ਇਸ ਮਨ ਨੂੰ ਰੋਕਣਾ, ਪਵਿੱਤਰ ਕਰਨਾ ਕਿਸ ਤਰ੍ਹਾਂ ਹੋਵੇਗਾ। ਕਰਨ ਵਿਚਾਰ ਸਿੱਖ ਮਨ ਬੁੱਝ ਜੀਜੈ, ਹਾਂ ਹੇ ਪੰਡਿਤ ਜੀ, ਇਸ ਵਿਚਾਰ ਨੂੰ ਵਿਚਾਰ ਕਰਕੇ ਪਾਮ ਨੂੰ ਸਿੱਖਿਆ ਦਿਓ। ਉਹ ਪੰਡਿਤ ਪ੍ਰਾਪਤ ਪ੍ਰਾਪਤ ਕੀਜੈ, ਹੇ ਪੰਡਿਤ ਉਸ ਪ੍ਰਭੂ ਨੂੰ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾਵੇ, ਕਿਸ ਵਿਧੀ ਨਾਲ ਪ੍ਰਾਪਤ ਕੀਤਾ ਜਾਵੇ, ਉਸ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਹੋ। ਇਹ ਵਿਧ ਵਦ ਕਰ ਕਰਨਾ ਸਦਨਾ, ਇਸ ਵਿਧ ਇਸ ਵਿਧੀ ਨਾਲ ਕਹਿ ਕਰਕੇ ਕਰਨਾ ਦੇ ਘਰ ਸੱਚੇ ਪਾਤਸ਼ਾਹ। ਮਸ਼ਤ ਕਰੀ ਕੁਲ ਪੰਕਜ ਬਦਨਾ, ਪੰਕਜ ਕਮਲ ਨੇਤਰ ਵਾਲੇ ਸੱਚੇ ਪਾਤਸ਼ਾਹ, ਕਮਲ ਵਰਗਾ ਜਿਹਨਾਂ ਦਾ ਮੁੱਖ ਹੈ ਸੱਚੇ ਪਾਤਸ਼ਾਹ, ਐਸਾ ਬਚਨ ਕਹਿ ਕਰਕੇ ਚੁੱਪ ਹੋ ਗਏ। ਦੋਹਰਾ ਨਾ ਬੋਲਿਓ ਸੁਰਤ ਬਚ, ਹੁਣ ਪੰਡਿਤ ਜੀ ਤੇ ਚੁੱਪ ਹੋ ਗਏ, ਤੇ ਹੁਣ ਮੂਲ ਚੰਦ ਜੀ, ਫਿਰ ਜਦੋਂ ਸੱਚੇ ਪਾਤਸ਼ਾਹ ਨੇ ਇਹ ਉਪਦੇਸ਼ ਦਿੱਤਾ ਤਾਂ ਮੂਲ ਚੰਦ ਜੀ ਬੋਲੇ, ਅਸ ਵਿਚਾਰ ਜੇ ਤੋਹੇ, ਇਹ ਜਿਹੜੀ ਵਿਚਾਰ ਤੁਸੀਂ ਸਾਨੂੰ ਦੱਸ ਰਹੇ ਹੋ, ਜਦੀ ਤੁਹਾਡੀ ਇਹੋ ਜਿਹੀ ਵਿਚਾਰ ਹੈ, ਤੂੰ ਵਿਆਹ ਕਰਵਾਏ ਕਿਉਂ, ਤੇ ਫਿਰ ਕਹਿੰਦੇ ਵਿਆਹ ਕਿਉਂ ਕਰਾਇਆ ਤੂੰ, ਜਦੀ ਤੇਰੇ ਮਨ ਚ ਇਹੋ ਜਿਹੀ ਵਿਚਾਰ ਹੈ ਕਿ ਪ੍ਰਾਣਪਤੀ ਪਰਮਾਤਮਾ ਨੂੰ ਪਾਉਣਾ, ਤੇ ਫਿਰ ਵਿਆਹ ਕਿਉਂ ਕਰਾਇਆ। ਤੈਨ ਦੁਖ ਦੀਨੋ ਮੋਹੇ, ਵਿਆਹ ਕਰਾ ਕੇ ਮੇਰੀ ਸੁਤਾ ਮੇਰੀ ਕੰਨਿਆ ਦੇ ਨਾਲ ਤੇ ਮੈਨੂੰ ਦੁਖੀ ਕੀਤਾ, ਫਿਰ ਐਸਾ ਕੰਮ ਨਹੀਂ ਸੀ ਕਰਨਾ। ਨਰਕ ਲੁਟਾਇਓ ਬਾਤ ਬਹੁ, ਤੇ ਕਹਿੰਦੇ ਫਿਰ ਉਹਦੇ ਬਾਅਦ ਵਿਅਰਥ ਹੀ ਸਾਰਾ ਧਨ ਵੀ ਜਿਹੜਾ ਲੁਟਾ ਦਿੱਤਾ। ਸੁਣਤੀਏ ਦਿਓ ਨਾ ਜਾਂਕ, ਆਪਣੇ ਪੁੱਤਰਾਂ ਨੂੰ ਆਪਣੀ ਇਸਤਰੀ ਸੁਪਤਨੀ ਨੂੰ ਤੂੰ ਇੱਕ ਟਗਾ ਮਾਤਰ ਵੀ ਨਹੀਂ ਦਿੱਤਾ। ਬਿਨ ਬਰੀੜਾ ਤਨ ਭਾਜਿਆ, ਹਾਂ ਤੇ ਬਿਨ ਬਰੀੜਾ ਕਹਿੰਦੇ ਬਿਨ ਲੱਜਾ ਬਿਨਾ ਸ਼ਰਮ ਕੀਤਾ ਹੀ ਉੱਥੋਂ ਫਿਰ ਤੂੰ ਭੱਜ ਆਇਆ ਹੈ। ਦੂਸਰਾ ਪਦ ਉਚਾਰਨ ਕਰਦੇ ਹਨ, ਬਿਨ ਪ੍ਰੀੜਾ ਤਜ ਭਜਿਆ, ਪੁੱਲ ਕੈ ਸ੍ਰੀ ਮੁਖ ਵਾਕ, ਹਾਂ ਸ੍ਰੀ ਮੁਖ ਵਾਕ, ਫਿਰ ਕਹਿੰਦੇ ਸੱਚੇ ਪਾਤਸ਼ਾਹ ਉਹਨਾਂ ਦੇ ਪ੍ਰਤੀ ਦੂਸਰਾ ਪਦ ਉਚਾਰਨ ਕਰਦੇ ਹਨ। ਮੌਲੀ ਸਾਗਰ ਪੰਡਰ ਪਾਇਆ, ਪੀਤਰ ਅਗਨ ਬਨਾਸਪਤ ਮੌਲੀ, ਜਿਵੇਂ ਕਹਿੰਦੇ ਨੇ ਜੋ ਬਨਾਸਪਤੀ ਹੈ ਨਾ ਉਸ ਦੇ ਅੰਦਰ ਅੱਗ ਹੈ, ਹਰ ਬਨਸਪਤੀ ਦੇ
ਸਗਲ ਬੈਸੰਤਰ ਜਿੰਨੀ ਵੀ ਬਨਸਪਤੀ ਹੈ ਉਹ ਸਾਰੀ ਦੇ ਅੰਦਰ ਅਗਨ ਹੈ। ਫਿਰ ਵੀ ਕਹਿੰਦੇ ਬਨਸਪਤੀ ਦੇ ਅੰਦਰ ਅੱਗ ਹੁੰਦੇ ਹੋਏ ਵੀ ਮੌਲੀ ਬਾਹਰ ਦੇਖੋ ਖਿੜੀ ਹੋਈ ਹੈ। ਉਸੇ ਪ੍ਰਕਾਰ ਇਹ ਜੋ ਜੀਵ ਹੈ ਇਸਦੇ ਅੰਦਰ ਤ੍ਰਿਸ਼ਨਾ ਦੀ ਅੱਗ ਹੈ, ਅੰਦਰ ਵਿਕਾਰਾਂ ਦੀ ਅੱਗ ਹੈ, ਫਿਰ ਵੀ ਕਹਿੰਦੇ ਇਹ ਵਿਕਾਰਾਂ ਦੇ ਨਾਲ ਬਾਹਰੋਂ ਫੁੱਲਿਆ ਹੋਇਆ ਹੈ। ਸਾਗਰ ਪਿੰਡੇ ਪਾਇਆ ਸਾਗਰ, ਜਿਵੇਂ ਕਹਿੰਦੇ ਸਾਗਰ ਜਿਹੜਾ ਉਸ ਅਗਨੀ ਦੇ ਨਾਲੋਂ ਕਿੰਨਾ ਮਹਾਨ ਹੈ, ਫਿਰ ਵੀ ਉਸ ਪਰਮਾਤਮਾ ਨੇ ਹੁਕਮ ਰੂਪੀ ਪੰਡ ਵਿੱਚ ਪਾਇਆ ਹੋਇਆ ਹੈ। ਇਸੇ ਪ੍ਰਕਾਰ ਇਸਦੇ ਅੰਦਰ ਵਿਕਾਰਾਂ ਦਾ ਸਾਗਰ ਜਿਹੜਾ ਨਾ ਉਹ ਅੰਦਰ ਇਸ ਦੇ ਠਾਠਾਂ ਮਾਰਦਾ ਹੈ, ਫਿਰ ਵੀ ਇਸ ਸਰੀਰ ਰੂਪੀ ਪੰਡ ਵਿੱਚ ਉਸਨੂੰ ਇਸਨੇ ਪਾ ਰੱਖਿਆ ਹੈ। ਚੰਦ ਸੂਰਜ ਦੇ ਕਰੀ ਭੀਤਰ, ਚੰਦ ਤੇ ਸੂਰਜ ਦੋਏ ਦੋ ਜਿਹੜੇ ਚੰਦ ਤੇ ਸੂਰਜ ਘਰ ਹੀ ਭੀਤਰ, ਇਹ ਵੀ ਕਹਿੰਦੇ ਉਸ ਪਰਮਾਤਮਾ ਨੇ ਇਸ ਬ੍ਰਹਿਮੰਡ ਵਿੱਚ ਰੱਖੇ ਹਨ, ਭਾਵ ਉਸਨੇ ਆਪਣੇ ਹੁਕਮ ਵਿੱਚ ਰੱਖੇ ਹਨ। ਐਸਾ ਗਿਆਨ ਪਾਇਆ ਇਸਨੇ ਘਰ ਹੀ ਭੀਤਰ ਆਪਣੇ ਹਿਰਦੇ ਵਿੱਚ ਇਹ ਗਿਆਨ ਪ੍ਰਾਪਤ ਨਹੀਂ ਕੀਤਾ ਕਿ ਚੰਦ ਸੂਰਜ, ਚੰਦ ਦਾ ਅਰਥ ਹੈ ਜੋ ਸ਼ੀਤਲਤਾ ਹੈ, ਜੋ ਸ਼ਾਂਤੀ ਹੈ, ਉਹ ਵੀ ਇਸਦੇ ਅੰਦਰ ਹੈ। ਸੂਰਜ ਜੋ ਪ੍ਰਤਾਪ ਹੈ ਭਗਤੀ ਦਾ, ਗਿਆਨ ਦਾ ਪ੍ਰਚੰਡ ਗਿਆਨ, ਉਹ ਵੀ ਇਸਦੇ ਅੰਦਰ ਹੈ। ਚੰਦ ਸੂਰਜ ਭਾਵ ਸ਼ਾਂਤੀ ਤੇ ਸੂਰਜ ਭਾਵ ਜੋ ਪ੍ਰਤਾਪ ਹੈ, ਚੰਡ ਗਿਆਨ ਪ੍ਰਚੰਡ ਜੋ ਗਿਆਨ ਹੈ, ਇਹ ਦੋਏ ਘਰ ਹੀ ਉਹ ਕਿਤੇ ਦੇ ਅੰਦਰ ਹੀ ਹਨ, ਫਿਰ ਵੀ ਐਸਾ ਗਿਆਨ ਇਸ ਨੂੰ ਪ੍ਰਾਪਤ ਨਹੀਂ ਹੋਇਆ। ਇਸਦੇ ਅੰਦਰ ਜੋ ਬਹੁਤ ਜ਼ਿਆਦਾ ਕ੍ਰਿਸ਼ਨਾ ਤੇ ਆਸਾ ਪਈ ਹੋਈ ਹੈ। ਭਾਵਕ ਜੋ ਕਬਰੇ ਨਾਥ ਕਿਰਤਾ ਉਹ ਕਿਹੋ ਜੀ ਹੈ ਕ੍ਰਿਸ਼ਨਾ, ਭਾਵਕ ਜਿਉਂ ਅੱਗ ਦੀ ਤਰ੍ਹਾਂ ਕਦੇ ਵੀ ਕਿਤੇ ਤ੍ਰਿਪਤ ਨਹੀਂ ਹੁੰਦੀ। ਸਹਿਜ ਮਾਨ ਕੋਲ ਮਾਗੇ ਉਧਾਰਾ ਇਹ ਕ੍ਰਿਸ਼ਨਾ ਇਸਦੀ ਕਿਹੋ ਜਿਹੀ ਹੈ, ਸਹਿਜ ਖੱਟੇ ਲੱਖ ਕੌਠ ਧਾਰੇ, ਜੇ ਜੋ 100 ਰੁਪਇਆ ਮਿਲ ਜਾਏ ਤੇ ਫਿਰ ਹਜ਼ਾਰ ਮੰਗਦਾ ਹੈ। ਲੱਖ ਹੋਏ ਤੇ ਕੋਟ ਅਪਾਰਾ, ਜੇ ਲੱਖ ਮਿਲ ਜਾਏ ਤੇ ਫਿਰ ਕੋਟ ਮੰਗਣ ਲੱਗ ਜਾਂਦਾ ਹੈ। ਅਰਬ ਖਰਬ ਸੋ ਤ੍ਰਿਪਤੈ ਨਾਹੀ, ਐਸੀ ਇਸਦੀ ਕ੍ਰਿਸ਼ਨਾ ਤੇ ਆਸਾ ਹੈ ਕਿ ਅਰਬ ਖਰਬ ਤੱਕ ਵੀ ਪਹੁੰਚ ਜਾਏ ਤੇ ਤ੍ਰਿਪਤੀ ਨਹੀਂ ਹੁੰਦੀ। ਕਰਮ ਚਾਲ ਦੇਖੋ ਮਨ ਮਾਈ, ਇਹ ਤੁਸੀਂ ਆਪਣੇ ਮਨ ਵਿੱਚ ਵਿਚਾਰ ਕਰਕੇ ਦੇਖੋ। ਜੇ ਅੱਗੇ ਵਰੰਠਕ ਮੇਰ, ਇਸ ਦੇ ਅੱਗੇ ਕਹਿੰਦੇ ਵੀ ਜਿਹੜਾ ਮੇਰੂ ਹੈ ਨਾ ਸੁਨੇਰੂ, ਜਿੰਨੀ ਸੰਪਤੀ ਵੀ ਹੋਵੇ ਤੇ ਉਹ ਵੀ ਇਸਦੇ ਅੱਗੇ ਰੰਚਕ ਹੈ, ਬਹੁਤ ਥੋੜੀ ਮੰਗਦਾ ਹੈ। ਇਸ ਕ੍ਰਿਸ਼ਨਾ ਦਾ ਜਿਹੜਾ ਉਦਰ ਹੈ ਨਾ ਉਹ ਆਕਾਸ਼ ਨਾਲੋਂ ਵੀ ਜ਼ਿਆਦਾ ਵਿਆਪਕ ਹੈ। ਆਕਾਸ਼ ਕਿੰਨਾ ਵਿਆਪਕ ਹੈ, ਇਸ ਕ੍ਰਿਸ਼ਨਾ ਦੇ ਅੱਗੇ ਸੁਨੇਰੂ ਜਿਹਾ ਉਹ ਵੀ ਰੰਚਕ ਥੋੜਾ ਜਿਹਾ ਲੱਗਦਾ ਹੈ। ਇਸ ਦਾ ਜੋ ਉਦਰ ਹੈ ਨਾ ਪੇਟ ਕ੍ਰਿਸ਼ਨਾ ਦਾ ਇੱਡਾ ਵੱਡਾ ਹੈ ਕਿ ਆਕਾਸ਼ ਨਾਲੋਂ ਵੀ ਵਿਆਪਕ ਹੈ। ਬਨਸਪਤੀ ਸੁਣੋ, ਜਿਹੜੀ ਸ਼ਾਖਾਂ ਦੇ ਟਾਹਣੀਆਂ ਦੇ ਸਹਿਤ ਜਿਵੇਂ ਬਨਸਪਤੀ ਮੌਲੀ ਵਿਆਪਕ ਹੁੰਦੀ ਹੈ। ਤੀਏ ਸੁਤਾ ਸੁਤ ਸਿਮਰਦੀ ਸਾਕਾ, ਤੀਏ ਸੁਤਾ, ਤੀਏ ਕਹਿੰਦੇ ਇਸਤਰੀ, ਸੁਤਾ ਕੰਨਿਆ, ਸੁਤ ਪੁੱਤਰ, ਸਮਧੀ ਜੋ ਕੁੜਮ ਆਦਿ ਰਿਸ਼ਤੇਦਾਰ, ਸਾਕਾ ਸਾਕ ਸੰਬੰਧੀ ਰਿਸ਼ਤੇਦਾਰ, ਜਿਉਂ ਤਾਂ ਬ੍ਰਿਧ ਹੋਏ ਤਿਨ ਵਾਧਾ, ਜਿਉਂ ਤਾਂ ਜਿਉਂ ਤਾਂ ਬ੍ਰਿਧ, ਜਿਵੇਂ ਸਰੀਰ ਵਾਧਾ ਹੈ ਉਵੇਂ ਹੀ ਕਹਿੰਦੇ ਸਾਰੇ ਜਿਵੇਂ ਬਨਸਪਤੀ ਵੱਧਦੀ ਹੈ ਨਾ ਟਾਹਣੀਆਂ ਸ਼ਾਖਾਂ ਨਿਕਲਦੀਆਂ ਨੇ, ਉਸੇ ਪ੍ਰਕਾਰ ਇਹ ਸੰਬੰਧੀਆਂ ਦੇ ਨਾਲ ਇਸਤਰੀ ਪੁੱਤਰ ਦੇ ਨਾਲ ਫਸਦਾ ਜਾਂਦਾ ਵੱਧਦਾ ਜਾਂਦਾ ਹੈ। ਜਿਸ ਪਾਸੇ ਜਿਨ ਮੈਂ ਮਨ ਖਾਧਾ, ਹਾਂ ਇਹ ਮਨ ਜੋ ਹੈ ਇਹਨਾਂ ਸਾਰਿਆਂ ਦੇ ਵਿੱਚ ਵੱਧਦਾ, ਭਾਵ ਦੇਹ ਇਤਿਹਾਸ ਜਿਵੇਂ ਜਿਵੇਂ ਵੱਧਦਾ ਹੈ ਤਿਵੇਂ ਤਿਵੇਂ ਇਹ ਇਹਨਾਂ ਰਿਸ਼ਤੇ ਨਾਤੇ ਵਿੱਚ ਫਸਦਾ ਜਾਂਦਾ ਹੈ। ਛੁੱਟਦਾ ਨਹੀਂ ਹੈ, ਦੇਹ ਇਤਿਹਾਸ ਨਹੀਂ, ਇਹਦਾ ਅਹੰਤਾ ਮਮਤਾ ਦੀ ਨਿਵਰਤੀ ਇਸਦੀ ਨਹੀਂ ਹੁੰਦੀ। ਸਾਰੀ ਜ਼ਿੰਦਗੀ ਇਸੇ ਹੀ ਅਧਿਆਸ ਵਿੱਚ ਫਸਿਆ ਬਤੀਤ ਕਰ ਦਿੰਦਾ ਹੈ। ਸਾਗਰ ਪ੍ਰਾਪਤ ਪਿੰਡ ਮਹੇ, ਹਾਂ ਸਾਗਰ ਜੋ ਪ੍ਰਮਾਤਮਾ ਸਾਗਰ ਹੈ ਨਾ ਮਹਾਨ, ਜੋ ਉਹ ਵੀ ਇਸ ਪਿੰਡ ਮੈਂ ਇਸ ਸਰੀਰ ਵਿੱਚ ਹੀ ਹੈ। ਜੋ ਕਹਿੰਦੇ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ, ਉਹ ਜਿਹੜਾ ਬ੍ਰਹਿਮੰਡ ਦਾ ਗਿਆਨ ਪ੍ਰਾਪਤ ਕਰਨ ਦਾ ਵਿਆਪਕ ਪਰਮਾਤਮਾ ਨੂੰ ਜਾਣ ਲੈਂਦਾ ਹੈ, ਉਹ ਸਮਸ਼ਟੀ ਤੇ ਵਿਅਸ਼ਟੀ ਦੋਨਾਂ ਦੀ ਜਿਹੜੀ ਵਿਧੀ ਹੈ ਨਾ ਸਮਝ ਲੈਂਦਾ, ਸਮਸ਼ਟੀ ਅਗਿਆਨ ਤੇ ਵਿਅਸ਼ਟੀ ਅਗਿਆਨ
ਦੋਨਾਂ ਨੂੰ ਸਮਝ ਕਰਕੇ ਦੋਨਾਂ ਤੋਂ ਪਾਂ ਛੁੱਟਦਾ ਹੈ। ਜਦੋਂ ਦੇਹ ਅਰਿਆਸ ਅਹੰਤਾ ਮੁਕਤਾ ਦੀ ਨਿਵਿਰਤੀ ਹੁੰਦੀ ਹੈ ਤਾਂ ਮੁਕਤੀ ਨੂੰ ਪ੍ਰਾਪਤ ਹੁੰਦਾ ਹੈ। ਜੋ ਕੋਈ ਘਟ ਮੈਂ ਚੰਦ ਸੁਖ ਪਰ ਕਾਸ਼ਾ ਘਟ ਮੈਂ ਇਸ ਦੇ ਹਿਰਦੇ ਵਿੱਚ ਹੀ ਮਨ ਵਿੱਚ ਹੀ ਕਹਿੰਦੇ ਚੰਦ ਸੂਰਜ ਸ਼ੀਤਲਤਾ ਗਿਆਨ ਜਿਹੜਾ ਪ੍ਰਚੰਡ ਗਿਆਨ ਹੈ ਉਸਦਾ ਪ੍ਰਕਾਸ਼ ਹੈ। ਸ਼ਬਦ ਸੰਸਿਆ
क्रियते तस्य कर्माणि तस्मिन् दृष्टे प्रावरे। ये उसकी निशानी है, उसके लक्षण हैं, उसके चिन्ह हैं, जिन्हें जान लिया फिर वो की करता है खिमा धन संग्रह। वो फिर ओदा ये है कि इकट्ठा की करता है, किस पूंजी को एकत्रित करता है, खिमा धन, खिमा रूपी धन। खिमा का मतलब है कि किसी के कौड़े बचन, किसी का निरादर दुर्बचन, जड़े उन्होंने सहार लेंदा है, शक्ति उसके कोल है उसको दंड देने की, फिर भी उन्होंने सहार लवे, वो ऐसा धन जिहड़ा इकट्ठा करता ना, भाव जिन्ना मर्जी निरादर होवे, जिन्ने मर्जी कोई दुर्वचन कहे, उन्होंने दंड देने की शक्ति होने के बावजूद भी जिहड़ा सहार लैंदा है ना, ये उसके लक्षण हैं। उस तो पता चलता है कि इसने उस राम को सब जगह परमात्मा को व्याप्त जानिया है। खाया मतलब जिन्हें भी
ਜਿਹੜਾ ਹੈ ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਉਸ ਨੂੰ ਨਹੀਂ ਮੰਨਦੇ, ਭਾਵ ਤ੍ਰਿਪਤ ਨਹੀਂ ਹੁੰਦੇ, ਖਾ ਕਰਕੇ ਵੀ ਜਿਹੜੇ ਇੰਦਰੇ ਹਨ ਨਾ ਉਹ ਤ੍ਰਿਪਤ ਨਹੀਂ ਮੰਨਦੇ ਨਹੀਂ ਹਨ, ਫਿਰ ਵੀ ਉਹਨਾਂ ਦੇ ਨਾਲ ਹੀ ਵਾਸ ਹੈ, ਨਾ ਤੇ ਉਹ ਕਹੀ ਹੋਈ ਗੱਲ ਨੂੰ ਸੁਣਦੇ ਹਨ ਤੇ ਨਾ ਹੀ ਉਹ ਭੋਗੇ ਹੋਏ ਵਿਸ਼ਿਆਂ ਨਾਲ ਤ੍ਰਿਪਤ ਹੁੰਦੇ ਹਨ, ਮੰਨਦੇ ਨਹੀਂ, ਫਿਰ ਵੀ ਇਹਦਾ ਵਾਸ ਉਹਨਾਂ ਨਾਲ ਹੈ। ਪ੍ਰਾਪਤੀ ਹੋ ਜਾਂਦੀ ਤੇ ਫੁੱਲ ਜਾਂਦਾ ਹੈ, ਵੱਡਾ ਬਣ ਜਾਂਦਾ ਹੈ, ਤੋਲੇ ਜਿੰਨਾ ਹੋ ਜਾਂਦਾ ਹੈ, ਤੇ ਜਦੋਂ ਕੋਈ ਅਨਿਸ਼ਟ ਪਦਾਰਥ ਮਿਲਦਾ ਹੈ ਤੇ ਮਾਸਾ ਤੋਲੇ ਦਾ ਬਾਹਰਵਾਂ ਹਿੱਸਾ ਭਾਵ ਥੱਲੇ ਆ ਜਾਂਦਾ ਹੈ, ਖਿਣ ਦੇ ਵਿੱਚ ਉੱਪਰ ਚੜ੍ਹ ਜਾਂਦਾ ਹੈ, ਖਿਣ ਦੇ ਵਿੱਚ ਥੱਲੇ ਆ ਜਾਂਦਾ ਹੈ। ਨਾਨਕ
कृपानिद दयाल एक खर हर मन बसत नानक होत निहाल। वाहिगुरु नाम जहाज है चढ़े सोतरे पार जो श्रद्धा कर सेव दे गुर पार तारण हार।